ਅਸਲਾਮੁਅਲੈਕੁਮ ਦੋਸਤੋ, ਵੈਲਕਮ ਟੂ ਤੁਹਾਡਾ ਜੀ ਪੀ ਡੀ ਕਲੱਬ। ਉਮੀਦ ਹੈ ਕਿ ਸਭ ਲੋਕ ਠੀਕ ਠਾਕ ਹੋਣਗੇ, ਕਰਦੇ ਨਹੀਂ ਸੁਣਦੇ। ਸਭ ਤੋਂ ਪਹਿਲਾਂ ਜਦੋਂ ਮੈਂ ਭਾਈ ਤੋਂ ਮੁਬਾਰਕ ਹੋਵੋ, ਜੋ ਅੱਲਾਹ ਪਾਕ ਨੂੰ ਉਮਰਾ ਕਬੂਲ ਮਨਜ਼ੂਰ ਕਮਾਏ। ਔਰ ਦੂਸਰਾ ਹਮਾਰੇ ਸਾਦੇ ਮੋਹਤਰਮ ਉਸਤਾਦ ਭੱਟ ਸਾਹਿਬ ਹੈ, ਉਹ ਵੀ ਕੱਲ੍ਹ ਹੀ ਮੈਂ ਪਤਾ ਲੱਗਾ ਉਨਕੀ ਮੇਰੀ ਫੋਨ ਪਰ ਨਾ ਬਾਜੀਤ ਹੋ ਰਹੀ ਸੀ, ਮਗਰਬ ਕਾ ਟਾਈਮ ਥਾ, ਤੋ 5 ਮਿੰਟ ਬਾਜੀਤ ਹੋ ਰਹੀ ਹੈ। ਤੋ ਬਾਅਦ ਮੈਂ ਕਹਿ ਰਿਹਾ ਯਾਰ, ਹਰਮ ਸ਼ਰੀਫ ਨੇ ਅਦਾਨ ਸ਼ੁਰੂ ਹੋ ਗਈ ਹੈ ਭੋਲਾ ਹੀ, ਤੋ ਮੈਨੇ ਨਮਾਜ਼ ਪੜ੍ਹਨੇ ਜਾਣਾ ਹੈ। ਤੋ ਮੇਰੇ ਵੀ 8-10 ਦਿਨ ਹੋ ਗਏ ਹੈ, ਮੈਂ ਵੀ ਇੱਧਰ ਆਇਆ ਉਮਰਾ ਕਰਨੇ 'ਤੇ। ਯਾਰ ਠੋਕਰ ਦੇ ਨਾਲ ਤਾਂ ਮੇਰੀ ਮੁਲਾਕਾਤ ਨਹੀਂ ਹੋ ਰਹੀ, ਠੋਕਰ ਕਿੱਥੇ ਹੈਗਾ, ਮੈਂ ਤੁਹਾਨੂੰ ਲੱਭਦਾ ਫਿਰਦਾ। ਅਤੇ ਉਹ ਸਾਹ ਜੀ ਤੁਹਾਡੀ ਉਹਦੀ ਮੁਲਾਕਾਤ ਹੋਈ ਜੀ, ਮਾਸ਼ਾਅੱਲਾ ਉਮੀਦ 'ਤੇ ਹੈ ਜੋ ਉਮਰ ਭਾਈ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਨਾ, ਅਤੇ ਉਸਤਾਦੇ ਮੋਹਤਰਮ ਉਸਤਾਦ ਭੱਟ ਸਾਹਿਬ ਮਾਸ਼ਾਅੱਲਾ ਬੜਾ ਇਲਮ ਹੈਗਾ ਉਹਨਾਂ ਕੋਲ ਕਬੂਤਰਬਾਜ਼ੀ ਦਾ, ਤੋ ਗੱਲਬਾਤ ਕਰਨਗੇ। ਔਰ ਉਹ ਵੀ ਸ਼ੁਗਲੀ ਬੰਦੇ ਨੇ, ਸ਼ੇਅਰ ਕਰਨਗੇ ਅਤੇ ਉਹਨਾਂ ਦੀਆਂ ਗੱਲਾਂ 'ਤੇ ਗੌਰ ਕਰਨਾ। ਮਾਸ਼ਾਅੱਲਾ ਭੱਟ ਸਾਹਿਬ 70-75 ਸਾਲ ਉਮਰ ਹੈ, ਅਤੇ ਮਾਸ਼ਾਅੱਲਾ ਅੱਛੇ ਸ਼ਕੀਨ ਨੇ ਅਤੇ ਅੱਛੇ ਖਿਡਾਰੀ ਹੈਗੇ ਨੇ, ਬਹੁਤ ਅੱਛੇ ਨੇ। ਉਹਨਾਂ ਦੇ ਕਬੂਤਰ ਹੀ ਮੈਂ ਵੇਖੇ ਨੇ, ਅਤੇ ਉਹਨਾਂ ਨੇ ਮੈਨੂੰ ਇੱਕ ਦਿਨ ਘਰ ਵੀ ਬੁਲਵਾਇਆ ਸੀ ਕਿ ਭੋਲਾ ਜੀ, ਜਦੋਂ ਮੈਂ ਨਵੀਂ ਛੱਤ ਬਣਾਈ ਸੀ, ਉਹਨਾਂ ਨੇ ਮੈਨੂੰ ਤੁਹਾਨੂੰ ਬੁਲਾ ਕੇ ਨਾ 3 ਬੱਚੇ ਗਿਫਟ ਕੀਤੇ ਸੀ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਤੇ ਹੁਣ ਤਾਂ ਆਉਣ ਲੱਗੇ, ਉਹਨਾਂ ਦੀ ਉਮਰ ਇੰਨੀ ਜ਼ਿਆਦਾ ਹੈਗੀ ਹੈ, ਕਹਿੰਦੇ ਆ ਭੋਲਿਆ ਕੱਲ੍ਹ ਮੈਂ ਕਬੂਤਰ ਦੇ ਦੇਤੇ ਨੇ, ਇੱਕ ਦੋਸਤ ਨੂੰ ਸਾਰੇ ਪਿੱਛੇ ਕੋਈ ਦਾਣਾ ਦੂਣਾ ਪਾਉਣ ਵਾਲਾ ਨਹੀਂ ਸੀ, ਵੈਸੇ ਵੀ ਯਾਰ ਉਨਾ ਬੁੱਢਾ ਹੋ ਗਿਆ। ਅਤੇ ਉਮਰ ਭਾਈ ਉਹ ਮਿਲਣ ਨਾ ਤੁਹਾਡੇ ਨਾਲ ਗੱਲਬਾਤ ਕਰਨਗੇ, ਅਤੇ ਮਾਸ਼ਾਅੱਲਾ ਤੁਹਾਨੂੰ ਵੀ ਮਜ਼ਾ ਆਏਗਾ, ਪਤਾ ਲੱਗੇਗਾ ਕਿਸੇ ਸਾਥ ਨਾਲ ਮਿਲਿਆ। ਅਤੇ ਬਾਕੀ ਠੀਕ ਹੈ, ਹਰ ਇੱਕ ਦੀ ਆਪਣੀ ਆਪਣੀ ਕਬੂਤਰਬਾਜ਼ੀ, ਆਪਣਾ ਆਪਣਾ ਇੱਕ ਅੰਦਾਜ਼ ਹੈਗਾ। ਅਤੇ ਮਾਸ਼ਾਅੱਲਾ ਉਹਨਾਂ ਕੋਲ ਬੜਾ ਇਲਮ ਹੈ, ਅਸੀਂ ਤਾਂ ਭਰਾ ਹੀ ਉਹਨਾਂ ਕੋਲੋਂ ਬੜਾ ਕੁਝ ਸਿੱਖਿਆ, ਜੋ ਸਿੱਖਿਆ ਉਹ ਸਿੱਖਿਆ ਭਾਈ, ਉਹ ਸਾਨੂੰ ਪਤਾ ਮਾਸ਼ਾਅੱਲਾ ਕਾਫੀ ਇਲਮ ਹੈ। ਛੋਟੇ ਪੈਸੇ ਆ ਜੀ, ਜ਼ਿਆਦਾ ਹੀ ਕੰਮ ਮਾਸ਼ਾਅੱਲਾ ਅੱਛੇ ਦੱਸਦੇ ਨੇ ਕਿ ਜਿਹੜਾ ਉਹਨਾਂ ਕੋਲ ਇਲਮ ਹੈ ਨਾ ਬਹੁਤ ਅੱਛਾ। ਅਤੇ ਦੋਸਤੋ ਕੁਝ ਗੱਲ ਇਸ ਤਰ੍ਹਾਂ ਵੀ ਹੈ, ਦੇਖੋ ਕਬੂਤਰ ਅਸੀਂ ਉਡਾਏ, ਬਾਜ਼ੀ ਅਸੀਂ ਉਡਾਈ, ਉਮਰ ਭਾਈ ਪਹਿਲੇ ਵੀ ਨਹੀਂ ਵੀ ਹੋਏ, ਇਸ ਤੋਂ ਬਾਅਦ ਬੱਤੀ ਜਾਣ ਦੀ ਵਜ੍ਹਾ ਨਾਲ ਹਾਰ ਗਏ, ਕੋਈ ਮਸਲਾ ਨਹੀਂ। ਉਮਰ ਭਾਈ ਨੇ ਤਾਂ ਹਾਰ ਕੇ ਹੀ ਮੱਥੇ 'ਤੇ ਤਰੇਲੀ ਨਹੀਂ ਲਿਆਂਦੀ, ਮਾਸ਼ਾਅੱਲਾ ਮਿਠਾਈ ਖਾਧੀ ਵੀ ਹੈ ਅਤੇ ਪਵਾਦੀ ਵੀ ਹੈ, ਅਤੇ ਯੂਟਿਊਬ 'ਤੇ ਉਹਨਾਂ ਨੂੰ ਮੁਬਾਰਕ ਵੀ ਦਿੱਤੀ, ਉਹ ਜਿੱਤੇ ਨੇ। ਐਵੇਂ ਇੱਕ ਸਾਡਾ ਕੋਈ ਭਰਾ ਹੈਗਾ, ਉਹਨੂੰ ਪਰੇਸ਼ਾਨੀ ਹੋਣ ਦੀ ਹੈ, ਉਮਰ ਖੋਕਰ 'ਤੇ ਹਾਰ ਗਿਆ, ਉਹ ਉਮਰ ਖੋਕਰ ਹਾਰ ਗਿਆ ਤਾਂ ਤੈਨੂੰ ਕਾਹਦੀ ਪਰੇਸ਼ਾਨੀ, ਉਹ ਤਾਂ ਆਹ ਮੀਡੀਆ 'ਤੇ ਦੱਸਣ ਡਿਆ ਕਿ ਮੈਂ ਹਾਰ ਗਿਆ, ਤੂੰ ਐਵੇਂ ਪਰੇਸ਼ਾਨ ਹੋਣ ਡਿਆ, ਤੇਰੇ ਢਿੱਡ 'ਚ ਪੀੜ ਹੁੰਦੀ। ਕਹਿੰਦਾ ਭੋਲਾ ਜੀ ਤੁਹਾਡੇ ਵੀ ਕਬੂਤਰ ਠੱਪੇ ਨੇ, ਉਹ ਮੇਰੇ ਕਬੂਤਰ ਠੱਪੇ ਨੇ ਅਤੇ ਮੈਨੂੰ ਕੀ ਮਸਲਾ, ਮੈਂ ਆਪਣੇ ਘਰ ਰੱਖੇ ਨੇ, ਮੈਂ ਆਪ ਪਾਉਂਦਾ ਦਾਣਾ ਪਾਣੀ, ਮੈਨੂੰ ਤਾਂ ਬੜਾ ਪਿਆਰ ਹੈ ਆਪਣੇ ਕਬੂਤਰਾਂ ਨਾਲ, ਤੂੰ ਐਵੇਂ ਕਹੀ ਜਾ ਰਿਹਾ ਠੱਪੇ ਨੇ ਤਾਂ ਮੇਰੇ ਘਰ ਦੇ ਕਬੂਤਰ ਨੇ, ਤੈਨੂੰ ਕੀ ਪਰੇਸ਼ਾਨੀ ਹੈ, ਨਾਲੇ ਤੂੰ ਕਹਿੰਨੂੰ ਵੀ ਨਹੀਂ ਕੀਤਾ ਹੈ, ਤੂੰ ਇੰਨੀ ਤਗੜੇ ਰੱਖੇ ਹੋਏ ਨੇ ਨਾ, ਤੂੰ ਵੀ ਦੱਸ ਕੇ ਮੈਂ ਛੱਤ ਵੀ ਨਹੀਂ ਕੀਤੀ, ਮੈਂ ਉੱਥੋਂ ਉਡਾਉਣਾ, ਆਪਣਾ ਥੋੜ੍ਹਾ ਜਿਹਾ ਸ਼ੇਅਰ ਤਾਂ ਕਰ, ਸਾਨੂੰ ਪਤਾ ਲੱਗੇ ਤੂੰ ਕਿੱਥੋਂ ਉਡਾ ਰਿਹਾ, ਕਿਹੜੀ ਕਬੂਤਰਬਾਜ਼ੀ ਕਰ ਰਿਹਾ। ਸਾਡੇ ਕੋਲ ਤਾਂ ਭਰਾ ਠੱਪੇ ਜਿਹੇ ਕਬੂਤਰ ਨੇ, ਮੇਰੀ ਨਵੀਂ ਨਵੀਂ ਛੱਤ ਹੈ, ਮੈਂ ਤਾਂ ਠੱਪਿਆਂ ਦੇ ਨਾਲ ਹੀ ਸ਼ੌਂਕ ਕਰਨਾ, ਅੱਲਾ ਖੈਰ ਕਰੇਗਾ, ਇੱਕ ਟਾਈਮ ਆਏਗਾ ਨਾ ਤਾਂ ਠੱਪੇ ਉੱਡ ਕੇ ਦਿਖਾਉਣਗੇ, ਟੈਨਸ਼ਨ ਨਹੀਂ ਲੈਣੀ, ਠੱਪੇ ਹੀ ਰੱਖੇ ਹੋਏ ਨੇ ਦੋਸਤੋ। ਬਾਕੀ ਕਬੂਤਰ ਉਡਾਉਣੇ ਦਾ ਟਾਈਮ ਹੋ ਗਿਆ, ਐਸੀ ਬਾਤਾਂ ਤਾਂ ਹੋਤੀ ਰਹਿਤੀ ਹੈ, ਕੁਛ ਲੋਕ ਹੋਤੇ ਹੈ ਜਿਨਕੇ ਪੇਟ ਮੇਂ ਦਰਦ ਹੋਤੀ ਹੈ, ਐਵੇਂ ਬਿਗਾੜ ਨਹੀਂ ਸ਼ਾਦੀ 'ਚ ਅਬਦੁੱਲਾ ਦੀਵਾਨਾ, ਉਹ ਨਾ ਤੂੰ ਮੈਨੂੰ ਜਾਣਨਾ, ਮੈਂ ਤੈਨੂੰ ਜਾਣਨਾ, ਬਾਕੀ ਕੋਈ ਨਹੀਂ, ਖੈਰ ਦੋਸਤ ਹੈ, ਸਿਲਸਿਲਾ ਚੱਲਦਾ ਹੀ ਰਹਿਣਾ, ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ, ਅਸੀਂ ਤਾਂ ਆਪਣੇ ਕੰਮ ਦੇ ਨਾਲ ਕੰਮ ਰੱਖਣਾ, ਆਪਣਾ ਸ਼ੌਂਕ ਕਰਨਾ। ਬਾਕੀ ਦੋਸਤੋ ਕੁਛ ਕੱਲ੍ਹ ਉਡਾਏ ਤੇ ਬੀਜ ਮੇ ਤੇ ਦੋ ਲੈਂਆ ਹੋ ਗਏ, ਇੱਕ ਪੱਟੀ ਰਾਤ ਕੋ ਪੇੜ ਮੇ ਆ ਕੇ ਬੈਠੀ ਤੀ, ਰਾਤ ਦੇ ਕੋਈ 8 ਇਸ਼ਾ ਦਾ ਟਾਈਮ ਥਾ, ਉਹ ਵੀ ਨਹੀਂ ਉਤਰੀ, ਬਾਕੀ ਅਭੀ ਕੁਛ ਕਬੂਤਰ ਹੈ ਨਿਕਾਲਨੇ ਲਗਾਉਂ, ਉਡਾ ਕੇ ਆਪਕੇ ਸਾਥ ਸ਼ੇਅਰ ਕਰਦਾ ਹੂੰ। ਬਾਕੀ ਯੂਟਿਊਬ ਪਰ ਬਾਤਾਂ ਤਾਂ ਚੱਲਦੀ ਰਹਿਤੀ, ਅਮਨ ਬਾਤੋਂ ਤਾਂ ਜ਼ਿਆਦਾ ਉਹ ਪ੍ਰਵਾਦਾਰ ਨਹੀਂ ਹੈ, ਹਮ ਤੋ ਆਪਣੀ ਸਾਥੀ ਸੀ ਕਬੂਤਰਬਾਜ਼ੀ ਕਰਦੀ ਹੋਣੀ, ਭਾਈ ਆਪਕਾ ਨਿਕਾਲਨੇ ਲਗਾ ਜੀ, ਬਹੁਤ ਧੰਨਵਾਦ। ਕੋਈ ਨੀ, ਇਹ ਟਾਈਮ ਆਏਗਾ ਇਹ ਰੱਟੇ ਹੀ ਰਹਿੰਦੇ।
ਬਾਰਾਂ ਤੇਰਾਂ ਕਬੂਤਰ ਹੈ ਆਪਣੇ ਭਾਈ ਨੇ ਨਿਕਾਲ ਲਈ ਹੈ। ਬੀਜੀ ਵੀ ਨਹੀਂ ਹੈ ਕੋਈ, ਇਤਨੇ ਪੱਕੇ ਨਹੀਂ ਹੈ, ਨਾ ਵੀ ਇਨਕੀ ਕੋਈ ਰੂਟੀਨ ਹੈ, ਬਸ ਰੋਜ਼ ਆ ਕੇ ਗੇੜੇ ਸ਼ੇੜੇ ਦੇ ਰਹੇ ਹੈ, ਇਨਕੋ ਪੱਕਾ ਕਰ ਰਹੇ ਹੈ ਆਸ ਪਾਸ ਤਾਂ ਇਨਸ਼ਾਅੱਲਾ ਇਨ੍ਹੀਂ ਮੇਰੇ ਕੋਈ ਪਰਿੰਦੇ ਨਿਕਲ ਆਏਗੇ, ਇਹ ਦੇਖਣੇ ਜਾ ਰਹੇ ਹੈ ਉੱਪਰ। ਜ਼ਿਆਦਾਤਰ ਬੀਜ ਮੇਂ ਬੱਚੇ ਹੈ, ਸਿਰਫ ਤਿੰਨ ਕਬੂਤਰ ਬੜੇ ਹੈ ਦੋਸਤੋ, ਬਾਕੀ ਬੱਚੇ ਹੀ ਹੈ। ਇਹ ਦੇਖੇ ਮਾਸ਼ਾਅੱਲਾ ਲੜੀ ਕੀ ਲੜੀ ਬਣਦੇ ਜਾ ਰਹੀ, ਉੱਪਰ ਜਾ ਰਹੀ। ਬਾਕੀ ਦੋਸਤੋ ਪੱਟੀ ਉਸਤਾਦ ਕੈਸਰ ਵਾਲੀ ਥੀ ਜੋ ਆਈ ਅਤੇ ਆਪਕੇ ਸਾਥ ਸ਼ੇਅਰ ਕਰੇਂਗੇ, ਰਾਤ ਨੀਂਦ ਮੇਂ ਬੈਠੀ ਰਹੀ, ਆਪ ਸੁਬਹ ਛੱਤ ਤੇ ਆਏ ਤਾਂ ਨਜ਼ਰ ਨਹੀਂ ਆਈ, ਅਤੇ ਬਾਕੀ ਜੋ ਉਸਤਾਦ ਸਾਹਿਬ ਨੇ ਵੀ ਇਹ ਗਿਫਟ ਦੀਏ ਤੇ ਗਿਫਟ ਦੀਏ ਤੇ ਨਾ ਤਿੰਨ ਬੱਚੇ ਉਸਤਾਦ ਬੜ ਸਾਹਿਬ ਉਹ ਆਪਕੋ ਤਿੰਨੋ ਬੱਚੋਂ ਕਾ ਮੈਂ ਸ਼ੌਕ ਕਰਾਤਾ ਮਾਸ਼ਾਅੱਲਾ ਭਾਈਓ, ਆਪ ਦੇਖ ਕੇ ਬਤਾਨਾ ਬੱਚੇ ਕੈਸੇ ਆਪਕੋ ਸ਼ੌਕ ਕਰਾਤੇ ਸ਼ੌਕ ਜੀ। ਦੋਸਤੋ ਇਹ ਉਸਤਾਦ ਮੁਹਤਰਮ ਵਾਲੇ ਬੜ ਸਾਹਿਬ ਵਾਲੇ ਬੱਚੇ ਹੈ ਮਾਸ਼ਾਅੱਲਾ, ਇਹ ਦੋਸਤੋ ਇਸ ਲਈ ਥੋੜ੍ਹੇ ਬੜੇ ਹੋ ਗਏ, ਉਨ ਦਿਨੋਂ ਮੈਂ ਯਾਰ ਕੁੰਡੇ ਪੇ ਵਾਇਰਸ ਬਣਾ ਹੁਆ ਤਾਂ ਇਨਕੋ ਮੈਂ ਆਪਣੇ ਜੁੜੋ ਵਾਲੇ ਘਰ ਲੈ ਗਿਆ, ਤਾਂ ਇਨਕੋ ਮੈਂ ਲੇਟ ਹੀ ਉੱਪਰ ਲੈ ਕੇ ਆਉਂ, ਅਤੇ ਮਾਸ਼ਾਅੱਲਾ ਬਾਹਰ ਨਿਕਾਲਣੇ ਸ਼ੁਰੂ ਕਰ ਦੀ ਆਪਕੇ ਸਾਥ ਸ਼ੇਅਰ ਕਰ ਲਓ। ਸਾਜੀ ਹੈ ਤੁਹਾਡੇ ਵਾਲੇ ਬੱਚੇ ਨੇ ਤਿੰਨ, ਜੇ ਤੁਸੀਂ ਵੀਡੀਓ ਦੇਖੋਗੇ ਤਾਂ ਦੇਖ ਲੈਣਾ, ਇਹ ਦੇਖੋ ਮਾਸ਼ਾਅੱਲਾ ਕਿਸ ਤਰ੍ਹਾਂ ਤਿੰਨੇ ਪੱਟੀਆਂ ਬਣ ਗਈਆਂ, ਇਹ ਟੈਡੀ ਹੈ, ਟੈਡੀ ਉਹ ਗਲਵੀ, ਇਹ ਦੇਖੋ ਇਹ ਗਲਵੀ ਦੀ ਅਤੇ ਉਹਦੀ ਸ਼ਿਕਰੇ ਕਬੂਤਰ ਦੀ ਧੀ ਹੈ ਗਲਵੀ, ਹੈ ਇਹ ਮਾਸ਼ਾਅੱਲਾ ਜੀ ਇਨਕੇ ਮੈਨੇ ਮਾਂ ਬਾਪ ਦੇਖੇ ਵੀ ਬਹੁਤ ਪਿਆਰੇ ਹੀ ਇਹਦੇ ਪਿਕਚਰ ਕਰੇ, ਅਬ ਤੋਂ ਸਾਜ ਦੀ ਉਮਰੇ ਪਰ ਚਲੇ ਗਏ ਹੋਏ, ਬਾਕੀ ਕਬੂਤਰ ਕਿਸੇ ਦੋਸਤ ਕੋ ਦੇ ਗਏ ਹੈ, ਕਹਿ ਰਹੇ ਤੇ ਯਾਰ ਉਮਰ ਮੇਰੀ ਬਹੁਤ ਹੋ ਗਈ, ਪਤਾ ਨਹੀਂ ਹੁਣ ਰੱਖਣਗੇ ਕਿ ਨਹੀਂ ਰੱਖਣਗੇ, ਇਹ ਤੀਨ ਉਹਨਾਂ ਨੇ ਵੀ ਇਹ ਗਿਫਟ ਦੀ ਹੈ ਤਾਂ ਮਾਸ਼ਾਅੱਲਾ ਚੈੱਕ ਕਰੇ ਤਾਂ ਬਤਾਨਾ ਯਾਰ ਇਹ ਕੈਸੀ ਪੱਟੀਆਂ ਹੁੰਦੀ ਹੈ, ਇਹ ਦੇਖੋ ਉਨੀ ਤੀਨ ਪੱਠੀਓ ਮੇਂ ਸੇ ਇੱਕ ਪੱਠੀ ਹੈ, ਇਹ ਤਾਂ ਮੇਰੇ ਪਾਸ ਤਕਰੀਬਨ ਪੱਕੀ ਹੋ ਗਈ ਹੈ, ਦੋ ਦੋ ਘੰਟੇ ਮਾਰਨੇ ਲੱਗ ਗਈ, ਲੇਕਿਨ ਬੜੇ ਪਰੋ ਮੇਂ ਇਹ ਲਾਕੀ ਹੈ, ਇਸਕੀ ਮਾਂ ਗਲਵੀ ਹੈ ਬਾਪ ਸ਼ਿਕਰ ਹੈ, ਔਰ ਇਹ ਦੇਖੇਂਗੇ ਇਸਕਾ ਪਰਪਲ ਹੈ, ਇਹ ਆਪ ਦੇਖ ਸਕਤੇ ਹੈ ਵੀ ਕ੍ਰੀਜ ਮੇਂ ਪੜੀ ਵੀ ਹੋ ਰਹੀ ਹੈ, ਦੇਖੇਂ ਇਹ ਆਠਵਾਂ ਪਾਰ ਆ ਰਹਾ ਹੈ, ਚੈੱਕ ਕਰੇਂ, ਔਰ ਜਿਸ ਵਜ੍ਹਾ ਸੇ ਇਸਕੋ ਹਮ ਜ਼ਿਆਦਾ ਰੂਟੀਨ ਮੇਂ ਨਹੀਂ ਲਾ ਰਹੇ ਪਾਦੇ, ਔਰ ਬਗਲ ਵੀ ਦੇਖੇ ਮਾਸ਼ਾਅੱਲਾ ਪਿਆਰੀ, ਔਰ ਬੈਲੈਂਸ ਵੀ ਬੜਾ ਪਿਆਰਾ ਇਸਕਾ, ਇਹ ਦੇਖੇ ਇਧਰ ਸੇ ਵੀ ਇਹ ਪਾਰ ਛੋਟਾ ਹੀ ਇਹ ਵਾਲਾ, ਔਰ ਜਿਸ ਵਜ੍ਹਾ ਸੇ ਵੀ ਇਨਕੋ ਹਮ ਕੁਛ ਵੀ ਨਹੀਂ ਕਰ ਰਹੇ, ਬਸ ਪੱਕਾ ਕਰ ਰਹੇ ਇਹਨੂੰ ਲਾਣੇ ਲਾ। ਜੀ ਉਮਰ ਭਾਈ ਬਾਕੀ ਦੋਸਤ ਭਰਾ ਸਾਰੇ ਹੀ ਤੁਹਾਨੂੰ ਮਿਸ ਕਰ ਰਹੇ ਨੇ, ਕੋਈ ਨਹੀਂ ਅੱਲਾ ਪਾਕ ਦਾ ਘਰ, ਉੱਥੇ ਜਾ ਕੇ ਤਾਂ ਬੰਦਾ ਵੈਸੇ ਹੀ ਫਰੈਸ਼ ਹੁੰਦਾ, ਉੱਥੇ ਜਾ ਕੇ ਤਾਂ ਬੰਦੇ ਦਾ ਦਿਲ ਲੱਗ ਜਾਂਦਾ, ਨਮਾਜ਼ਾਂ ਪੜ੍ਹਦਾ ਬੰਦਾ, ਹੋਰ ਜਾ ਕੇ ਉੱਥੇ ਇਹ ਵੀ ਹੁੰਦਾ ਕਿ ਹਰ ਬੰਦੇ ਦਾ ਦਿਲ ਲੱਗ ਜਾ, ਵਾਪਸ ਆਉਣ ਨੂੰ ਦਿਲ ਹੀ ਨਹੀਂ ਕਰਦਾ, ਕੋਈ ਨਹੀਂ ਭਰਾ ਜੀ ਮਿਸ ਕਰ ਰਹੇ ਨੇ ਸਾਰੇ ਦੋਸਤ ਭਰਾ, ਆ ਜਾਣਗੇ ਮਾਸ਼ਾਅੱਲਾ ਤਾਂ ਫਿਰ ਵੀਡੀਓ ਸ਼ੀਡੀਓ ਸ਼ੇਅਰ ਕਰਨਗੇ, ਫਿਰ ਉਹ ਵੀ ਸ਼ੁਗਲ ਮੇਲਾ ਹੋਏਗਾ, ਅੱਲਾ ਖੈਰ ਕਰੇ, ਅੱਲਾ ਉਹਨਾਂ ਨੂੰ ਖੁਸ਼ ਰੱਖੇ, ਤੰਦਰੁਸਤੀ ਉਹ ਸਲਾਮਤੀ ਅਦਾ ਫਰਮਾਵੇ, ਸਾਡਾ ਭਰਾ ਹਮੇਸ਼ਾ ਖੁਸ਼ ਹੀ ਰਹੇ। ਜੀ ਦੋਸਤੋ ਇਹ ਕਬੂਤਰ ਉੜ ਕੇ ਆਇਆ ਗੋਲਡਨ, ਲੇਕਿਨ ਇਸਕੀ ਬੈਟ ਤੇ ਵੀ ਮੈਨੇ ਵੀਡੀਓ ਨਹੀਂ ਸ਼ੇਅਰ ਕੀ, ਔਰ ਨਾ ਹੀ ਇਹ ਵੀ ਮੈਨੇ ਸ਼ੇਅਰ ਕਰਨਾ ਕਿਤਨੇ ਵਜੇ ਬੈਠਾ, ਬੁਲਾਏ ਤੇ ਸੁਬਹ ਬਸ ਆ ਕੇ ਸਾਹਮਣੇ ਬੈਠ ਤਾਂ ਵੀ ਨਹੀਂ ਦਿਖਾਇਆ ਇਹ ਬੈਠਾ ਗੋਲਡਨ।